ਅਕੀ ਹਾਲ ਕਿਤਾ ਗੋਹੇ ਦਾ ਕੀ ਮੈਂ ਟ੍ਰੇਵਾਂ ਚ ਲਾ ਕੇ ਰੱਖਦਾ ਸੂਟ ਸੈੱਟ ਹੁੰਦੇ ਨਾ ਸੋਹਣੀ ਲੱਗਦੀ ਇੰਜ ਗੋਹਾ ਸੈੱਟ ਹੋਣਾ ਚਾਹੀਦਾ ਤੂੰ ਪਾਥੀਆਂ ਜਾਣਾ ਖਾਣੀਆਂ ਪਰ ਜਾਈਏ 10 ਮਿੰਟ ਦੇ ਆ ਕੀ ਆ ਇਹ ਮੱਝ ਦੀ ਸਾਲਗਿਰਾ ਉਹਦਾ ਕੇਕ ਆ ਬਹੁਤ ਵਧੀਆ ਲਾਇਆ ਗੋਹਾ ਹੀ ਆ ਤੇ ਫੇ ਖਾ ਲੈਣਾ ਸੀ ਰੱਖਿਆ ਕਿਉਂ ਆ ਵਿੱਚ ਸੇਬ ਦੀਆਂ ਟੁਕੜੀਆਂ ਹੀ ਪਾਈਆਂ ਉਹ ਸੱਚ ਮਾਜ਼ਰਤ ਮਾਜ਼ਰਤ ਪਰ ਜਾਈਏ ਕੁਝ ਖਾ ਪੀ ਲਾ ਤੇ ਕੋਸ਼ਿਸ਼ ਕਰ ਇਹਨਾਂ ਨੂੰ ਵੱਡੇ ਤੋਂ ਵੱਡੇ ਸਕੂਲ ਦੇ ਵਿੱਚ ਦਾਖਲਾ ਤੇਰਾ ਡੇਰਾ ਇੰਗਲਿਸ਼ ਮੀਡੀਅਮ ਹੈ ਇਹਨਾਂ ਨੂੰ ਮੈਂ ਇੰਗਲਿਸ਼ ਬੋਲਣੀ ਸਿਖਾਵਾਂ ਤੂੰ ਆ ਗਈ ਆ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਤੂੰ ਬੇਬੀ ਸ਼ੈਂਪੂ ਨਾਲ ਨਵਾਣਾ ਤੇ ਸਾਬਣ ਨਾਲ ਸਕਿਨ ਸੌਫਟ ਹੋਣੀ ਚਾਹੀਦੀ ਕਿਉਂ ਚੁੰਮੀਆਂ ਲੈਣੀਆਂ ਤੂੰ ਕੱਲ ਨੂੰ ਕਹੇਂਗੀ ਇਹਨਾਂ ਦੀ ਗੁੱਤ ਵੀ ਕਰ ਸ਼ਾਹੀ ਸਵਾਰੀ ਤੇ ਮੈਂ ਬਹਿ ਤੇ ਗਈ ਆ ਅੱਜ ਮੈਂ ਅੱਜ ਆਪਣੇ ਡੇਰੇ ਜਾਣਾ ਵਾ ਮੈਂ ਦੇਖਦੀ ਕਿਹੜਾ ਕਿਹੜਾ ਕੰਮ ਹੋ ਰਿਹਾ ਮੈਂ ਛਾਪਾ ਮਾਰਨ ਚੱਲੀ ਆ ਮੈਨੂੰ ਲੱਗਦਾ ਵਾ ਕਿ ਕੰਮ ਕੋਈ ਚੰਗਾ ਨਹੀਂ ਹੋ ਰਿਹਾ ਤੇ ਮੇਰੀ ਨਾਜ਼ਰੀਨ ਸ਼ਾਹੀ ਸਵਾਰੀ ਆ ਬਹੁਤ ਹੀ ਵਧੀਆ ਸਵਾਰੀ ਆ ਮੈਂ ਜਦੋਂ ਆਉਂਦੀ ਆਪਣੀ ਇਹੀ ਰੇਂਜ ਰੋਵਰ ਤੇ ਬਹਿ ਕੇ ਆਪਣੇ ਡੇਰੇ ਤੇ ਜਾਂਦੀ ਆ ਏ ਸਰਵਿਸ ਨਹੀਂ ਕਰਾਈ ਪਾਏ ਨੇ ਸਹੀ ਚੱਲਦੀ ਨਹੀਂ ਟਾਇਰਾਂ 'ਚ ਹਵਾ ਪੂਰੀ ਆ ਇਹਦਾ ਆਇਲ ਚੈੱਕ ਕੀਤਾ ਸੀ ਅੜ ਅੜ ਕੇ ਚੱਲ ਰਹੀ ਗੱਡੀ ਡੇਰੇ ਦਾ ਹਾਲ ਕੀ ਕੀਤਾ ਹੋਇਆ ਵਾ ਇੰਨੀ ਦਿਨਾਂ ਬਾਅਦ ਮੈਂ ਡੇਰੇ ਤੇ ਆ ਰਹੀ ਲੈ ਹਾਏ ਵੇਲਾ ਲਾਈਆਂ ਵਾ ਪਰ ਉੱਗਿਆ ਕੱਖ ਵੀ ਨਹੀਂ ਹੈ ਮੈਨੂੰ ਲੱਗਦਾ ਪਾਣੀ ਨਹੀਂ ਟਾਈਮ 'ਤੇ ਦਿੱਤਾ ਜਾ ਰਿਹਾ ਹਾਏ ਹਾਏ ਇੱਥੇ ਵੀ ਉੱਗਣੀਆਂ ਚਾਹੀਦੀਆਂ ਸੀ ਛੱਲੀਆਂ ਪਰ ਉੱਗਿਆ ਤਾਂ ਕੱਖ ਵੀ ਨਹੀਂ ਆ ਇੰਨਾ ਪੈਸਾ ਲਾਇਆ ਵਾ ਮੈਂ ਸਬਜ਼ੀਆਂ ਅਤੇ ਕਮਾਦਾਂ 'ਤੇ ਹਾਏ ਰੱਬਾ ਆ ਤੋਰੀ ਉੱਗੀ ਵੀ ਤਾਂ ਏਡੀ ਨਿੱਕੀ ਉੱਗੀ ਲੱਗਦਾ ਬੀਜ ਬੋਣੀ ਨਸਲ ਦਾ ਲਾ ਦਿੱਤਾ ਮੈਂ ਤਾਂ ਇਹਨੂੰ ਅੱਛੇ ਪੈਸੇ ਦਿੱਤੇ ਸੀ ਫਿਰ ਇਹਨੇ ਗਿੱਠੀ ਨਸਲ ਕਿਉਂ ਲਾਈ ਇੰਨੀ ਕੁ ਤੋਰੀ ਅੱਜ ਤੈਨੂੰ ਮੈਂ ਪੁੱਛਾਂਗੀ ਜ਼ਰਾ ਕਿ ਕਰਦੇ ਕੀ ਆ ਡੇਰੇ 'ਤੇ ਕਿੰਨਾ ਹਾਏ ਹਾਏ ਗੋਹੇ ਦੀ ਹਾਲਤ 'ਤੇ ਦੇਖ ਇਹ ਤਾਂ ਚਮਕਦਾ ਹੋਣਾ ਚਾਹੀਦਾ ਸੀ ਸੋਨੇ ਵਾਂਗੂ ਇਹ ਸੁੱਤਾ ਪਿਆ ਵਾ ਜਾਂ ਮਰਿਆ ਪਿਆ ਵਾ ਕੋਈ ਕੰਮ ਨਹੀਂ ਕਰਦਾ ਕੀ ਹਾਲਤ ਕੀਤੀ ਪਈ ਮੇਰੇ ਡੇਰੇ ਦੀ ਜਦੋਂ ਲੈਣੀ ਹੁੰਦੀ ਇਹਨੇ ਸੈਲਰੀ ਤੇ ਉਦੋਂ ਕਿਹਦੇ ਕਿਹਦੇ ਦੁੱਖ ਨਹੀਂ ਸੁਣਾਉਂਦਾ ਚਾਚਾ ਚਾਚੀ ਖਾਲਾ ਨਾਨੇ ਦੀ ਨਾਨੀ ਦੀ ਟੈਨਸ਼ਨ ਮਾਂ ਦੀ ਟੈਨਸ਼ਨ ਭੈਣਾਂ ਦੀ ਟੈਨਸ਼ਨ ਭੈਣਾਂ ਵਿਆਹਣੀਆਂ ਦਹੇਜ ਦੇਣਾ ਇਹ ਕਰਨਾ ਵੋ ਕਰਨਾ ਕੱਖ ਵੀ ਨਹੀਂ ਕਰਦਾ ਅਤੇ ਸੈਲਰੀ ਕਹਿੰਦਾ ਮੈਨੂੰ ਦੇ ਦਿਉ ਸਾਰੇ ਦੁੱਖ ਸੁਣਾ ਦਿੰਦਾ ਮੈਨੂੰ ਕਹਿੰਦੀ ਤਾਂ ਮੈਂ ਹੁਣ ਲੈਂਦੀ ਕਲਾਸ ਓਏ ਮਾਜੇ ਉੱਠੇ ਉਹ ਅੰਗੜਾਈਆਂ ਕਿੰਜ ਲੈਂਦੇ ਆ ਜਿਸਾ ਕਿਸੇ ਫਿਲਮ ਦੀ ਹੀਰਵਨ ਹੁੰਦੀ ਆ ਮਾਜੇ ਉੱਠੇ ਸੌਂਦਾ ਨਹੀਂ ਆ ਕਿੰਨਾ ਗੰਦ ਪਿਆ ਹੋਇਆ ਵਾ ਡੇਰੇ 'ਤੇ ਮੱਖੀਆਂ ਹੀ ਮੱਖੀਆਂ ਹੋਈਆਂ ਪਈਆਂ ਵਾ ਅਤੇ ਕੋਈ ਸ਼ੈ ਨਹੀਂ ਸੰਭਾਲੀ ਹੈਗੀ ਸੌਂਦਾ ਨਹੀਂ ਆ ਡੰਡਾ ਫੜਾਂ ਮੈਂ ਕੋਈ ਡਾਂਗ ਲੈ ਕੇ ਆਵਾਂ ਜ਼ਰਾ ਮੈਂ ਫਿਰ ਇਹਨੂੰ ਉਠਾਉਂਦੀ ਹਾਂ ਇੰਜ ਨਹੀਂ ਇਹਨੇ ਉੱਠਣਾ ਉੱਠਣਾ ਆਈਏ ਨਹੀਂ ਤੂੰ ਉੱਠਦਾ ਕਿਉਂ ਦੇਰ ਹੋ ਗਈ ਆਵਾਜ਼ਾਂ ਦਿੰਦੀ ਨੂੰ ਮਾਜੇ ਉੱਠ ਮਾਜੇ ਉੱਠ ਮਾਜਾ ਵਾ ਕਿ ਹੋਸ਼ ਹੀ ਨਹੀਂ ਹੈ ਸੁਬਾ ਦੇ ਪੱਠੇ ਵੱਢ ਕੇ ਹੁਣ ਪਾ ਕੇ ਹਟੇ ਆ ਇਹਨਾਂ ਨੂੰ ਕੁਤਰ ਕੇ ਸੁਬਾ ਦਾ ਇੱਕੋ ਹੀ ਕੰਮ ਕੀਤਾ ਵਾ ਤੁਸੀਂ ਆਏ ਕਦੋਂ ਆ ਮੈਂ ਤੂੰ ਤਾਂ 2 ਮਹੀਨੇ ਬਾਅਦ ਆਉਣਾ ਸੀ ਪਿੰਡ 2 ਮਹੀਨੇ ਬਾਅਦ ਆਉਣਾ ਸੀ ਤੂੰ ਅੱਛਾ ਹੋਰ ਕੋਈ ਕੰਮ ਨਾ ਕਰਾਂ ਮੈਂ ਬਾਹਰ ਦੇ ਮੁਲਕ ਗਈ ਹੋਈ ਸੀ ਪਤਾ ਵੀ ਸੀ ਤੇ ਪਿੱਛੇ ਤੂੰ ਡੇਰੇ ਦਾ ਕੀ ਹਾਲ ਕੀਤਾ ਹੋਇਆ ਆ ਦੇਖ ਗੁਹਾ ਇੰਜ ਲਈਦਾ ਵਾ ਆ ਕੀ ਹਾਲ ਕੀਤਾ ਗੋਹੇ ਦਾ ਕੀ ਮੈਂ ਟ੍ਰੇਵਾਂ 'ਚ ਲਾ ਕੇ ਰੱਖਦਾ ਇਹਨੂੰ ਆ ਗੋਹੇ ਦੀ ਹਾਲਤ ਦੇਖ ਕੀ ਕੀਤੀ ਆ ਕੀ ਹੋਇਆ ਮੈਂ ਮੋਟਰਸਾਈਕਲ ਚੜਾਤੀ ਇੱਥੇ ਜਦੋਂ ਮੈਂ ਇੱਥੇ ਹੁੰਦੀ ਸੀ ਇੰਜ ਦਾ ਗੋਹਾ ਲੱਗਦਾ ਹੁੰਦਾ ਸੀ ਇੱਥੇ ਉਦੋਂ ਵੀ ਮੈਂ ਹੀ ਲਾਉਣਾ ਹੁੰਦਾ ਸੀ ਨਾ ਤੇ ਕਿੰਜ ਲਵਾਉਂਦੀ ਸੀ ਯਾਦ ਨਹੀਂ ਤੇ ਉਹ ਬਸ ਤੂੰ ਲਵਾਉਣੀ ਸੀ ਸਾਨੂੰ ਵੀ 2 ਘੜੀ ਜੇ ਸੁੱਖ ਦੀ ਕੋਈ ਸ਼ੈ ਮਿਲਦੀ ਆ ਤੇ ਲੈ ਲੈਂਦੇ ਆ ਫਿਰ ਸੋਹਣੇ ਵਾਂਗੂ ਚਮਕਦਾ ਹੋਣਾ ਚਾਹੀਦਾ ਆਹ ਕੀ ਮਿੱਟੀ ਪਈ ਆ ਤੇ ਸੋਹਣੇ ਵਾਂਗੂ ਕਿਉਂ ਸੁਨਿਆਰਿਆਂ ਦੀਆਂ ਮੱਝਾਂ ਨੇ ਕੀਤਾ ਮਤਲਬ ਸੁਨਿਆਰੇ ਦੀਆਂ ਮੱਝਾਂ ਹੀ ਕਰ ਸਕਦੀਆਂ ਚੰਗਾ ਗੋਹਾ ਸਾਡੀਆਂ ਮੱਝਾਂ ਨਹੀਂ ਕਰ ਸਕਦੀਆਂ ਨਹੀਂ ਚੰਗੇ ਗੋਹੇ ਨੂੰ ਤੂੰ ਬੈਕਰੀ ਪਾਉਣੀ ਗੋਹੇ ਦੀ ਬੈਕਰੀ ਨਹੀਂ ਪਾਣੀ ਲੇਕਿਨ ਲੱਗਿਆ ਇੰਜ ਸੈੱਟ ਹੋਇਆ ਹੋਇਆ ਇੰਜ 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 ਤੁਸੀਂ ਅਲਮਾਰੀ 'ਚ ਸੂਟ ਸੈੱਟ ਹੁੰਦੇ ਨਾ ਸੋਹਣੀ ਲੱਗਦੀ ਇੰਜ ਗੋਹਾ ਸੈੱਟ ਹੋਣਾ ਚਾਹੀਦਾ ਤੂੰ ਪਾਥੀਆਂ ਜਾਣਾ ਖਾਣੀਆਂ ਪਰ ਜਾਈਏ 10 ਮਿੰਟ ਦੇ ਅੱਛਾ ਤੂੰ ਮੈਨੂੰ ਪਹਿਲੇ ਇਹ ਦੱਸ ਗੱਲਾਂ ਹੀ ਕਰ ਰਿਹਾ ਵਾਂ ਜਾਂ ਵਾਕਈ ਪੱਠੇ ਵੱਢ ਕੇ ਵੀ ਪਾਏ ਆ ਕਿਸੇ ਜਾਨਵਰ ਨੂੰ ਅੱਲਾ ਦੀ ਕਸਮ ਮੈਂ ਵੱਢ ਕੇ ਲਿਆਇਆ ਉਹ ਖੋਤਾ ਗਵਾ ਵਾ ਜਾ ਪੁੱਛ ਲਿਆ ਹਾਂ ਖਵਾਜੇ ਦਾ ਗਵਾ ਖੋਤਾ ਕਿਹੋ ਜੀ ਗੱਲ ਕੀਤੀ ਆ ਡੱਡੂ ਹੁੰਦਾ ਵਾ ਇੱਥੇ ਤੇ ਖੋਤਾ ਹੀ ਆ ਨਾ ਮੈਂ ਉਹਦੇ ਕੋਲੋਂ ਕਿਉਂ ਪੁੱਛਾਂ ਚੱਲ ਤੂੰ ਮੇਰੀ ਵੱਡੀ ਭੈਣ ਆ ਸਾਡੇ ਚੋਰੀ ਦੀ ਬੁੱਢੀ ਆ ਇੱਧਰ ਆ ਪਵਾਨਾਂ ਵਾਲੀ ਸਾਈਡ ਤੇ ਤੂੰ
अच्छा चुदरैन नु तू इत्थे बिठाएगा देख ला थल्ले बह जानी आंदे चौधरी साहब नु तेरीयां शिकायतां ते मैं लाणियां ही लाणियां मजाक करदा सी भरजाई तू साडा मखौल ही नहीं जरदी भुल गया ओ ढांग जिन्ना तैनू कुटदे आ ना सारिआं नु तैनू ना दस चल तू छितर पा ते मैनू डेरे दी हालत विखा तू की कीता कदे पौणे आ छितर छेड़िया किन्ने दिन दस ਪੈਰਾਂ 'ਚ ਤੂੰ ਆਪਣੇ ਛਿੱਤਰ ਪਾ ਅਤੇ ਮੈਨੂੰ ਵਿਖਾ ਡੇਰੇ ਦੀ ਹਾਲਤ ਕੀ ਕੀਤੀ ਆ ਹਏ ਮੇਰੀਆਂ ਮੱਝਾਂ ਐਡੀਆਂ ਲਾਡਲੀਆਂ ਪਤਾ ਨਹੀਂ ਕਿੱਡੀਆਂ ਲਾਡਾਂ ਨਾ ਮੈਂ ਪਾਲੀਆਂ ਵਾ ਹੈਂ ਕੀ ਹਾਲਤ ਕੀਤੀ ਆ ਉਹਨਾਂ ਦੀ ਤੇਰੇ ਵਿਆਹ ਹੋਏ ਨੂੰ 1.5 ਸਾਲ ਹੋਇਆ ਵਾ ਅਤੇ ਮੱਝਾਂ ਸਾਡੇ ਕੋਲ 4 ਸਾਲ ਹੋ ਗਈਆਂ ਵਾ ਕਿਹੜੇ ਲਾਡ ਤੂੰ ਐਵੇਂ ਝੂਠ ਹੀ ਮਾਰੀ ਜਾਣ ਨੇ ਮਤਲਬ ਉਹ ਤੋਂ ਬਾਅਦ ਲਾਡ ਨਾਲ ਹੀ ਰੱਖਿਆ ਨਾ 1.5 ਸਾਲ ਤੋਂ ਕੀ ਤੂੰ ਇਹਨਾਂ ਦੇ ਹਰ ਰੀਤ ਨਵੇਂ ਕੱਪੜੇ ਬਣਾਉਣੀ ਅਤੇ ਮੈਂ ਕਮੀ ਵੀ ਕੀ ਛੱਡੀ ਆ ਤੂੰ ਹਰ ਪਾਸਿਓਂ ਕਮੀ ਛੱਡੀ ਆ ਤੂੰ ਜਦੋਂ ਦੀ ਛੱਡ ਕੇ ਗਈ ਦੇਖ ਤਕੜੀਆਂ ਹੋਈਆਂ ਤੈਨੂੰ ਮੈਂ ਕਿਹਾ ਸੀ ਕਿ ਤੂੰ ਗੁਲਾਬੋ ਨੂੰ ਲੈ ਕੇ ਜਾਣਾ ਸੈਲੂਨ ਲੈ ਕੇ ਗਿਆ ਸੀ ਕਿੱਥੇ ਲੈ ਕੇ ਜਾਣਾ ਸੈਲੂਨ ਲੈ ਕੇ ਜਾਣਾ ਤੇ ਮੈਂ ਤੇ ਲਾਹੌਰ ਤੱਕ ਲਗਿਆ ਮੈਨੂੰ ਨਹੀਂ ਰਾਜ ਮੈਂ ਪੁੱਛਦਾ ਰਿਹਾ ਸੈਲੂਨ ਕਿੱਥੇ ਆ ਜੀ ਸੈਲੂਨ ਕਿਹੜਾ ਪਿੰਡ ਆ ਮੈਨੂੰ ਨਹੀਂ ਦੱਸਿਆ ਕਿਸੇ ਨੇ ਤੂੰ ਮੈਨੂੰ ਪਹਿਲੇ ਇਹ ਦੱਸ ਇੱਥੇ ਪਿੰਕੀ ਸੀ ਉਹ ਕਿੱਥੇ ਗਈ ਆ ਕਿਹੜੀ ਪਿੰਕੀ ਉਹ ਬੁਰੀ ਮੇਰੀ ਧੀ ਦੀ ਗੱਲ ਹੀ ਕੀਤੀ ਮੇਰੀ ਪਿੰਕੀ ਦੀ ਗੱਲ ਕੀਤੀ ਆ ਓਏ ਸਾਡੇ ਇਹਨਾਂ ਨੂੰ ਗਾਵਾਂ ਕਹਿੰਦੇ ਆ ਤੂੰ ਮੱਝਾਂ ਕਹਿੰਦੇ ਆ ਤੂੰ ਨਵੇਂ ਆ ਕੇ ਸ਼ਹਿਰੋਂ ਮੈਂ ਕਿਹਾ ਵੀ ਸੀ 24 ਸਾਲ ਨੂੰ ਨਾ ਨਾ ਕਾਲਜ ਦੀ ਕੁੜੀ ਨਾਲ ਵਿਆਹ ਕਰਨਾ ਕਾਲਜ ਦੀ ਕੁੜੀ ਇਹ ਤੂੰ ਹੀ ਕੰਨ ਭਰਦਾ ਲੱਗਦਾ ਉਹਨਾਂ ਦੇ ਚੱਲ ਮੈਨੂੰ ਵਿਖਾ ਕਿੱਥੇ ਆ ਪਿੰਕੀ ਮੇਰੀ ਕੀ ਕਰਨਾ ਤੂੰ ਕੀ ਉਹਦਾ ਦਿਲ ਟੁੱਟਾ ਸੀ ਮੈਂ ਅੰਦਰ ਬੰਨ ਕੇ ਆਇਆ ਨੂੰ ਉਸ ਰਸਾਲ ਦੀਆਂ ਗਜ਼ਲਾਂ ਸੁਣ ਦਿਲ ਕੰਜ ਟੁੱਟ ਕੇ ਤੈਨੂੰ ਮੈਂ ਕਿਹਾ ਸੀ ਪਿੰਕੀ ਨੂੰ ਸਭ ਤੋਂ ਅਲੱਗ ਰੱਖਣਾ ਵਾ ਖਬਰਦਾਰ ਉਹਨੂੰ ਕੋਈ ਛੇੜੇ ਜਾਂ ਉਹਦੇ ਵੱਲ ਕੋਈ ਆਇਆ ਤੂੰ ਨਹੀਂ ਲਾਪਰਵਾਹੀ ਕੀਤੀ ਨਾ ਉਹਨੂੰ ਕਰੋਨਾ ਹੋਇਆ ਸਭ ਤੋਂ ਅਲੱਗ ਰੱਖਣਾ ਧੀ ਧਿਆਣੀ ਆ ਤੇ ਆ ਵੀ ਧੀ ਧਿਆਣੀਆਂ ਹੀ ਆ ਇਹ ਵੀ ਤੇ ਕਿਸੇ ਦੀ ਧੀ ਮਾਝੀ ਆ ਕੋਈ ਨਾ ਮਹਿਰਮ ਵੀ ਆ ਇੱਥੇ ਬਸ ਕਰਿਆ ਕਰ ਜੇ ਧਿਆਣੀ ਨੇ ਮੈਨੂੰ ਪਹਿਲੇ ਇਹ ਦੱਸ ਡੋਲੀ ਦਾ ਕਿਆ ਸੀ ਰੰਗ ਮੈਂ ਤੈਨੂੰ ਕਿਹਾ ਸੀ ਬੂਰਾ ਕਰਾਉਣਾ ਵਾ ਆਹ ਕੀ ਹਾਲਤ ਕੀਤੀ ਹੈ ਡੋਲੀ ਦੀ ਤੂੰ ਐਸ ਡੋਲੀ 'ਚ ਆਈ ਸੀ ਚੌਧਰੀ ਘਰ ਨਹੀਂ ਤੇ ਫੇਰ ਇਹਦਾ ਡੋਲੀ ਨਹੀਂ ਨਾ ਸਿੱਧਾ ਸਿੱਧਾ ਗਾਂ ਕਹਿ ਨਾ ਮੇਰੀ ਇਹ ਲਾਡਲੀ ਡੋਲੀ ਮੇਰਾ ਨਾਮ ਏਡੇ ਪਿਆਰ ਨਾਲ ਰੱਖਿਆ ਤੂੰ ਮੈਨੂੰ ਇਹ ਦੱਸ ਸੀ ਕਾਲੀ ਚਿੱਟੀ ਕਰਾ ਲਈ ਤੈਨੂੰ ਤੇ ਮੈਂ ਕਿਹਾ ਸੀ ਇਹ ਕੱਕੀ ਬੁਰੀ ਕਰਾਣੀ ਆ ਇਹ ਮੋਟਰਸਾਈਕਲ ਆ ਜਿਹਦੇ ਮੈਂ ਰੰਗ ਕਰਾਉਂਦਾ ਫਿਰਾਂ ਟੈਂਕੀ ਟਾਪੀ ਇਹ ਮਾਝਾ ਇਹ ਅੱਲਾ ਹੀ ਦਿੰਦਾ ਰੰਗ ਫੈਸ਼ਨ ਵੀ ਬਹੁਤ ਜ਼ਰੂਰੀ ਖੂਬਸੂਰਤੀ ਨਜ਼ਰ ਆਣੀ ਚਾਹੀਦੀ ਕੱਲ ਕੋਈ ਰਿਸ਼ਤਾ ਆਏਗਾ ਮੈਂ ਕੰਜ ਵੀ ਆਵਾਂਗੀ ਗਾਂ ਹਾਂ ਜਿੱਦਾਂ ਆ ਗਾਂ ਵਿਆਹੀ ਗਈ ਕੀ ਕਿਹਾ ਮੈਂ ਕਿਹਾ ਜਿੱਦਾਂ ਆ ਗਾਂ ਵਿਆਹੀ ਗਈ ਨਾ ਨਾਲ ਦੀ ਆਪਣੀ ਆਹੋ ਫਿਰ ਇਹ ਤੇ ਹੁਣ ਦੁਨੀਆਦਾਰੀ ਆ ਚੱਲਦਾ ਰਹਿਣਾ ਵਾ ਤੇ ਇਹਦਾ ਮੈਨੂੰ ਰੰਗ ਚਾਹੀਦਾ ਵਾ ਵੱਡੇ ਸੈਲੂਨ ਦਾ ਤੈਨੂੰ ਮੈਂ ਐਡਰੈਸ ਦਵਾਂਗੀ ਉੱਥੇ ਲੈ ਕੇ ਜਾ ਠੀਕ ਹੈ ਕਿਹੜੇ ਕਿਹੜੇ ਪਿੰਡ ਦੇ ਨਾਲ ਆ ਸੈਲੂਨ ਸ਼ਹਿਰ ਆਣਾ ਪੈਣਾ ਤੈਨੂੰ ਲੋਰੇ ਨੂੰ ਲੈ ਕੇ ਸੈਲੂਨ ਦੇ ਕਿਸੇ ਚੌਧਰੀ ਦਾ ਨਾਮ ਦੱਸ ਮੈਂ ਚੌਧਰੀ ਕੋ ਫੋਨ ਕਰਾ ਦੂੰ ਇਹਦਾ ਤੂੰ ਕੀ ਹਾਲ ਕੀਤਾ ਵਾ ਮੈਂ ਤੈਨੂੰ ਕਿਹਾ ਸੀ ਬਿੱਲੂ ਨੂੰ ਨਵਾਇਆ ਕਰਨਾ ਵਾ ਤੇ ਬਿੱਲੂ ਐਡਾ ਗੰਦਾ ਕੀਤਾ ਹੋਇਆ ਵਾ ਤੂੰ ਬਿੱਲੂ ਆਪ ਗੰਦਾ ਰਹਿੰਦਾ ਮੈਂ ਸ਼ੈਂਪੂ ਦਿੱਤਾ ਕੰਡੀਸ਼ਨਰ ਦਿੱਤਾ ਹਰ ਸ਼ੈ ਦਿੱਤੀ ਤੈਨੂੰ ਮੈਂ ਇਹਨਾਂ ਦੇ ਜਿਹੜੇ ਪਰਫਿਊਮ ਦਿੱਤੇ ਸੀ ਉਹ ਕਿੱਥੇ ਆ ਸਮੈਲ ਆ ਰਹੀ ਮੈਨੂੰ ਇਹ ਪਰਫਿਊਮ ਨੂੰ ਉਹ ਕਿਹੜਾ ਮਾਡਲ ਆ ਫਿਲਮਾਂ 'ਚ ਆਉਂਦੇ ਕੀ ਪਤਾ ਮੱਝਾਂ ਆਵਾਂ ਨੂੰ ਤੂੰ ਸ਼ਹਿਰ ਦੀ ਕੁੜੀ ਪਤਾ ਨਹੀਂ ਕਿੱਥੋਂ ਲਿਆ ਚੌਧਰੀ ਮੈਂ ਤੇ ਆਪਣੇ ਦਿਲ ਕਰਦਾ ਆਪਣੇ ਆਪ ਨੂੰ ਮਾਰ ਲਾਂ ਆਹਾ ਆਹਾ ਕੀ ਜੰਮਿਆ ਵਾ ਇੱਥੇ ਗੋਹਾ ਗੋਹਾ ਦੇਖਿਆ ਯੂ ਮੀਨ ਗੋਹਾ ਗੋਹਾ ਜੰਮਿਆ ਨਵਾਇਆ ਨਹੀਂ ਮਤਲਬ ਹੈ ਨਾ ਤੇ ਨਵਾਉਣ ਨੂੰ ਇਹਨਾਂ ਨੂੰ ਮੈਂ ਗੀਤ ਪੜਨ ਜਾਣਾ ਇਹਨਾਂ ਨੇ ਇਹਨਾਂ ਨੂੰ ਨਵਾਵਾਂ ਮੈਂ ਐਡਾ ਵੱਡਾ ਸਵਿਮਿੰਗ ਪੂਲ ਉੱਥੇ ਕਿਉਂ ਬਣਵਾਇਆ ਸੀ ਆਪਣੇ ਨਹਾਉਣ ਲਈ ਆਈ ਤੇਰੀ ਪਿੰਕੀ ਖੜੀ ਦੇਖ ਲੈ ਹਾਏ ਮੈਂ ਸਦਕੇ ਮੇਰੀ ਪਿੰਕੀ ਕਿੱਡੀ ਸੋਹਣੀ ਮੈਨੂੰ ਕਿੰਨਾ ਯਾਦ ਦੇਖਾ ਥਰੂ ਆ ਗਿਆ ਅੱਖਾਂ 'ਚ ਢਿੱਡ ਨਾ ਪੜਾ ਲਈ ਪਿੱਛੇ ਹੀ ਰਹਿ ਪਿੰਕੀ ਕੋਲੋਂ ਤੂੰ ਮੈਨੂੰ ਇਹ ਪਹਿਲੇ ਦੱਸ ਇਹ ਥੋੜੀ ਸਾਂਵਲੀ ਸਾਂਵਲੀ ਕਿਉਂ ਗੇਰ ਤੇ ਦੁੱਧ ਵਰਗਾ ਚਿੱਟਾ ਰੰਗ ਸੀ ਜਦੋਂ ਮੈਂ ਛੱਡ ਕੇ ਗਈ ਸੀ ਧੁੱਪੇ ਬੰਨਦਾ ਰਿਹਾ ਓਏ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੈਂਦਾ ਵਾ ਮੈਨੂੰ ਰੰਗ ਰੂਪ ਇੰਜ ਚਮਕਦਾ ਚਾਹੀਦਾ ਵਾ ਕਿੱਦਾਂ ਤੈਨੂੰ ਪਤਾ ਵਾ ਹਫਤੇ ਬਾਅਦ ਪਿੰਕੀ ਨੂੰ ਦੇਖਣ ਆਣਾ ਵਾ ਕਿੰਨੇ ਡਾਕਟਰ ਨੇ ਨਹੀਂ ਇਹਨੂੰ ਵਿਦਾ ਕਰਨਾ ਵਾ ਤੇ ਤੂੰ ਦੇਖ ਕੀ ਹਾਲਤ ਕੀਤੀ ਮੈਨੂੰ ਤੇ ਲੱਗਦਾ ਹਲਕੇ ਪੈ ਗਏ ਸਿਆਈਆਂ ਪੈ ਗਈਆਂ ਪਿੰਕੀ ਦੇ ਮੂੰਹ ਤੇ ਤੁਸੀਂ ਮੈਨੂੰ ਇਹ ਦੱਸੋ ਜਦੋਂ ਤੁਹਾਡੇ ਤੇ ਚੌਰੀ ਦਾ ਵਿਆਹ ਹੋਣਾ ਸੀ ਹਾਂ ਵਿੱਚ ਵਿਚੋਲਾ ਸੀ ਕਿ ਵਪਾਰੀ ਸੀ ਵਿਚੋਲਾ ਸੀ ਵਿਚੋਲੇ ਕਦੋਂ ਮੱਝਾਂ ਵੇਚਦੇ ਉਹ ਵਪਾਰੀ ਵੇਚਦੇ ਮੱਝਾਂ ਮੈਂ ਪੁੱਛਦਾ ਬਹੁਤੀਆਂ ਗੱਲਾਂ ਨਾ ਸੁਣਾ ਇੱਧਰ ਦੇਖ ਜ਼ਰਾ ਮੈਂ ਤੈਨੂੰ ਕਿਹਾ ਸੀ ਤੁਹਾਡੀ ਫੈਮਿਲੀ ਵੱਡੀ ਹੋ ਗਈ ਭਰਜਾਈਏ ਰੱਬ ਨੇ ਸੋਹਣਿਆਂ ਵਰਗਾ ਕੱਟਾ ਦਿੱਤਾ ਤਾਂ ਹਾਏ ਸਦਕੇ ਕਿੱਡਾ ਸੋਹਣਾ ਦਿੱਤਾ ਵਾ ਦੇਖ ਦੋ ਦੋ ਵਾ ਹਾਂ ਦੂਜਾ ਇਹ ਪਰਸੋਂ ਹੋਇਆ ਵਾ
हाँ किड्डा सोहना वा देख जरा लगता पिया ना बिलकुल तेरे वर्गा। मैं तेनू किन्नी बारी कहा कि जो भी किसी मज का ढिड खराब होए पैंपर लाने आख की हालत की हुई आ। ये पैंपर मैं क्यों लाने मेरी भतीजी है। देख कम कि ढिला होया बेचारी ने ना कुछ किया हो और ढिड खराब होया पट्ठे किते पिंकी दे ओ खिचे गए खाने वाले पट्ठे खाने वाले मैं अगे पाए सी खा गई पता नहीं भुख वाला कैप्सूल खादा तू मैंने पहले दस कि तू दही पाया सी मेरी भैन गुड़ वाले चौल नहीं सी पट्ठे सी ओ दही वाले पट्ठे खांदी आ क्यों ओदा पेट खराब नहीं ओ मेरे वर्गी सोच रखदी आ पता नहीं मैं भी उदों दी की खां तू भी जानवरों वाली सोच मैं उदों दा सोची जाने हुण समझ है इन्ने क पट्ठे बाकी घर लै गया वा नहीं घर ले जान नु मेरे को केड़ा तेरे वर्गी कोई औरत आ गुलाब जामन आने चक के तेरे मुंह च पा देना सी मैं तेरे मुंह बेवकूफ नहीं पर जाइए तू एदा मेरे नाल लड़दी क्यों रे नहीं मैंने तेरी नहीं सुनी आ की आ विच अनारदाना नहीं पाया बिरयानी बनाने लगी है तो अनारदाना की है कुछ खा पी ला बड़ी देर बाद आई है मैं क्या काम नहीं सही हो रहा मैं चौधरी साहब नु शिकायत लानी आ ना सेब दियां टुकड़ियां पांदे विच ए ना अनारदाना पांदे आ मज्जां कैंज चिटियां होणगियां कैंज खूबसूरत होणगियां उहनां नूं ते कैल्शियम दी कमी हो जाएगी हल्के पै जाणगे जावां तेरियां माडलां नेगियां जिन्हां नूं मसलन के तूं फराकां पवा के रैंप ते चलाउणा ध्यान रखणा पैंदा वा इंसान होण जानवर होण शिकायत शकूत ना ला बैठी मेरी चौरी नूं मैं तैनूं पहले दसी जांदा हल ते कठियां कर रही गिन रही हां मैं शिकायतां चलो मैं भी पिछ गैल ला देनी आ जोर साहब तुहाडे ते लोक के हुक्का पींदी है की पाला पाला शावा तू कख नहीं करदा मैनूं लगदा तू सारे काम ही इन्ना को करांदा मतलब ते उहनां नूं पैसे नहीं देने ना तैनूं ते असीं की दिंदे तसल्लियां दिंदे तैनूं भी ते पैसे ही दिंदे आ थोड़ा करके टुर पत्रा की लाओ वा उत्थे बन्नी है तैनूं आ उहनूं कहंदे आ कट्टे नूं आ पर जाइए पानी पी ला ए ना चोरी नूं जाके मैनूं पानी भी नहीं पुछ चल पी ला छियो छी तू मेरे स्विमिंग पूल दा की हाल कीता वा स्विमिंग पूल तो 15वीं मंजिल ते बनाया सी की 45 लाख लागत आई सी इते स्विमिंग पूल नहीं नु फुल्ली गई दा मैं स्विमिंग पूल वांगू इनु बनवाया सी इना सोना विच मैं एडा महंगा पत्थर लवाया सी हां की कीता विच अज ते खैर नहीं है हर शै मैं नोट कर ली आ चौधरी साहब नु अज ते मैं शिकायतां लानियां ही लानियां तेरियां ला ला मैं भी दसना मैं चौधरी साहब तुसी जदों परसों पुछया सी ना मेरी डब्बी चो सिगरेट किन्ने पीते मैं भी ले देना तेरा नाम हाय सदके मैं वारी अखा देख हो रही नीलियां अखा लैके पैदा होया वा परे हो तेरे नाल तो इन्ने सोहने आ तू इन्हां दी तरबियत सही करनी है ए लाडले मेरे मज्जा दे बच्चे आ मेरे लिए लाडले आ इन्हां दी तरबियत तू करनी इंग्लिश बोलनी आती होवे इन्हां नूं इन्हां नूं तमीज होवे उठन बैठन दी खाण पीण दी ते जगह जगह ते गंद नहीं करना ए सिखाणा वा कि वॉशरूम च जाणा इन्हां ने ए भी सिखाणा वा ठीक आ जदों कोई मेहमान आए सलाम लैणा वा ते बहुता बोलना नहीं खप नहीं पाणी खिलारे नहीं पाणे ते तुहानूं तुहाडे वालदैन ने नहीं कहा कि बहुता बोलना मैं इन्हां दी गल कर रही हां मैं तो हले कख भी नहीं बोलती ते कोशिश कर इन्हां नूं वड्डे तो वड्डे स्कूल दे विच दाखला तेरा डेरा इंग्लिश मीडियम इन्हां नूं मैं इंग्लिश बोलनी सिखावां तू आ गई हां पता नहीं कित्थों जमाना देख किथे पहुंच गया वा जमाना किथे को पहुंचे हां वा इत्थे गया होणा वा जमाना लैण की गया सी इन्हां नूं तू बेबी शैंपू नाल नवाणा ते साबण नाल स्किन सॉफ्ट होनी चाहीदी क्यों चुम्मियां लैणियां तू कल नूं कहेंगे इन्हां दी गुत भी कर आ की आ पठियां दी जगह आ पाथियां रखियां पठे नहीं इन्हां नूं पिज़्ज़े लिया के दे न्याणे आ मैक्रोनी लिया के दे सलंटी लिया के दे आ की रखिया वा मेरी भैण डीएचए च नहीं पैदा होए डेरे ते होए आ ते जानवरां दे बच्चे आ ते फिर बच्चे ते सांझे हुंदे आ हां बच्चे बच्चे हुंदे आ हुण फिर इन्हां नूं बाकरखानियां खवाउण लग पवां बच्चे आ हां सेहत वास्ते भी सही हुंदियां बाकरखानियां तू नाल ना केक रस भी लै यार मैं चौरी नूं कहना ਉਹਦਾ ਇੱਕ ਡਾਕਟਰ ਆ ਬੜਾ ਅੱਛਾ ਲਾਹੌਰ 'ਚ ਆਹੋ ਡਾਕਟਰ ਦਾ ਵੀ ਅਰੇਂਜ ਕਰਨਾ ਇੰਨਾ ਵਾਸਤੇ ਹਾਂ ਤੇਰੇ ਵਾਸਤੇ ਤੇਰੇ ਵਾਸਤੇ ਤੇਰਾ ਦਿਮਾਗ ਨਹੀਂ ਠੀਕ ਆ ਜੀ
ਜਗ੍ਹਾ ਜਗ੍ਹਾ ਤੇ ਜਿਹੜੇ ਤੂੰ ਕੇਕ ਸਜਾਏ ਆ ਨਾ ਤੂੰ ਇੱਧਰ ਆ ਗੋਹੇ ਦੀ ਬਹੁਤ ਸੁਣ ਕੇ ਤੇਰਾ ਦਿਮਾਗ ਖੁੱਲੇ ਤੂੰ ਚੰਗੀ ਜਗ੍ਹਾ ਤੇ ਰਹਿ ਗਈ ਆ ਕਿਤੇ ਦੋ ਕੁ ਮਹੀਨੇ ਦੇ ਤੇਰੀ ਨਾ ਜ਼ਬਾਨ ਹੀ ਪਤਾ ਨਹੀਂ ਕੀ ਹੋ ਗਈ ਕੀ ਹਾਲ ਕੀਤਾ ਵਾ ਟੋਕੇ ਦਾ ਮੈਨੂੰ ਲੱਗਦਾ ਇਹਦੀਆਂ ਛੁਰੀਆਂ ਤੇਜ਼ ਹੀ ਨਹੀਂ ਹੈਗੀਆਂ ਛੁਰੀਆਂ ਤੇਜ਼ ਆ ਸਾਰੇ ਪੱਠੇ ਦੇ ਨਾਲ ਹੀ ਵੱਡੇ ਆ ਮੁੰਡਿਆਂ ਨੇ ਤੂੰ ਧੌਣ ਵਢਾਉਣੀ ਕਿਸੇ ਦੀ ਇਹਨਾਂ ਨੂੰ ਮੈਂ ਕਹਿੰਦ ਮੰਨ ਲਾ ਬਾਂਹ ਕਰ ਅੰਦਰ ਤੇ ਮੈਂ ਚਲਾਉਂਦੀ ਹਾਂ ਤੇਜ਼ ਆ ਕਿ ਨਹੀਂ ਹੁਣੀ ਪਤਾ ਚੱਲ ਜਾਏਗਾ ਭਰਜਾਈਏ ਦੇਖ ਲਾ ਤੂੰ ਆ ਕੇ ਮਖੌਲ ਕਰਦੀ ਆ ਮੇਰਾ ਸੌਣ ਦਾ ਟਾਈਮ ਸੀ ਓ ਹੋ ਹੋ ਮੈਂ ਡਿਸਟਰਬ ਕਰ ਦਿੱਤਾ ਤੈਨੂੰ ਬੁਲਾ ਰਿਹਾ ਕਹਿੰਦਾ ਆਈਆ ਕਮੀਨੇ ਆ ਗੱਲ ਸੁਣ ਮੇਰੀ ਮੈਨੂੰ ਹੁਣ ਤੂੰ ਦੇ ਹਿਸਾਬ ਇੱਕ ਇੱਕ ਮੱਝ ਕਿੰਨਾ ਕਿੰਨਾ ਦੁੱਧ ਦਿੰਦੀ ਆ ਤੂੰ ਕੀ ਕਰਨਾ ਤੂੰ ਉਹਦੀ ਖੀਰ ਪਕਾਉਣੀ ਨਹੀਂ ਖੀਰ ਪਕਾਉਣੀ ਪਰ ਹਿਸਾਬ ਤੇ ਹੁੰਦਾ ਨਾ ਮੈਂ ਕਿੱਥੇ ਦਿਨ 'ਚ ਚਾਰ ਵਾਰੀ ਤੇ ਮੈਨੂੰ ਹਿਸਾਬ ਦੇਣਾ ਪੈਂਦਾ ਵੱਡੇ ਚੌਧਰੀ ਨੂੰ ਫਿਰ ਵੱਡੀ ਚਦਰੈਣ ਨੂੰ ਫਿਰ ਛੋਟੇ ਚੌਧਰੀ ਨੂੰ ਹੁਣ ਤੂੰ ਆ ਗਈ ਹਾਂ ਤੇ ਜਿੱਥੇ ਸਾਰਿਆਂ ਨੂੰ ਹਿਸਾਬ ਦਿੰਦਾ ਤੇ ਮੈਨੂੰ ਦੇ ਲੱਗਿਆ ਮੌਤ ਪੈਂਦੀ ਆ ਮੈਂ ਸਿਰਫ ਅੱਲਾ ਨੂੰ ਹਿਸਾਬ ਦੇਣਾ ਮੈਂ ਨਹੀਂ ਤੈਨੂੰ ਹਿਸਾਬ ਦੇਣਾ ਨਹੀਂ ਦੱਸ ਨਾ ਕਿ ਮੱਝ ਕਿੰਨੇ ਕਿਲੋ ਦੁੱਧ ਦੇ ਦਿੰਦੀ ਆ ਕਿਸ ਟਾਈਮ ਮੈਂ ਇੰਨਾ ਹਿਸਾਬ ਦਿੰਦਾ ਵਾ ਮੈਨੂੰ ਇਦਾਂ ਲੱਗਦਾ ਮੇਰਾ ਕਬਰ 'ਚ ਹੁੰਦਾ ਪਿਆ ਫੱਟੀਆਂ ਲਾਉਂਦਾ ਹੈ ਨਾ ਦੁੱਧ 'ਚ ਵੀ ਫੱਟੀ ਲਾਉਂਦਾ ਵਾ ਤੂੰ ਪਾਣੀ ਮਿਲਾਉਂਦਾ ਵਾ ਵਿੱਚ ਮੈਂ ਫੱਟੀ ਲਾਉਂਦਾ ਹੁੰਦਾ ਨਾ ਮੈਂ ਤੇਰੇ ਨਾਲ ਜਾਣਾ ਬਾਹਰ ਕਿਉਂ ਪੇ ਕਿਉਂ ਲਿਆਈ ਆ ਤੂੰ ਇਹਨਾਂ ਨੂੰ ਖੜ ਜਾ ਤੇਰੀ ਵੀ ਪਰੇਸ਼ਾਨੀ ਆ ਕੇ ਸੁਣਦੀ ਆ ਮੈਂ ਦੱਸ ਮੈਨੂੰ ਦੱਸ ਤੂੰ ਝੁਲੂੰਗੀਆਂ ਕਿੰਨੀਆਂ ਵਾ ਕਿੰਨੀਆਂ ਬਣਨੀਆਂ ਵਾ ਮੈਨੂੰ ਦੱਸ ਮੈਂ ਕੱਪੜਾ ਭੇਜਾ ਝੁਲੂੰਗੀਆਂ 'ਚ ਸਲਾਇਆ ਕਰ ਫੀਡਰ ਇਹਨਾਂ ਦੇ ਬੋਇਲ ਕਰਨੇ ਆ ਤੇ ਕਾਂ ਬੰਦ ਕਰ ਲਾ ਮੂੰਹ ਹਾਂ ਫੇ ਬੋਲ ਪਿਆ ਹੁਣ ਕਿਤੋਂ ਬੋਲਿਆ ਸੀ ਤੇ ਤੂੰ ਨਾ ਜਿਹੜਾ ਇਹਨਾਂ ਦੇ ਫੀਡਰ ਆ ਚੰਗੀ ਤਰ੍ਹਾਂ ਧੋਣੇ ਗਰਮ ਚੁੱਪ ਕਰ ਜਾ ਕਾਂ ਨਾਲੋਂ ਬਹੁਤਾ ਤੂੰ ਬੋਲ ਰਿਹਾ ਇਸ ਟਾਈਮ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੋ ਮੈਂ ਕਹਿ ਰਹੀ ਹਾਂ ਦੇਖਦੀ ਪਈ ਦੁਨੀਆ ਸਾਰੇ ਕੰਮ ਕਰਨੇ ਮੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਆਖਰੀ ਦਿਨ ਮੌਕਾ ਦੇ ਰਹੀ ਆ ਜੇ ਤੂੰ ਹੁਣ ਵੀ ਨਾ ਮੁੜਿਆ ਤੇ ਚੌਧਰੀ ਸਾਹਿਬ ਨੂੰ ਮੈਂ ਸ਼ਿਕਾਇਤ ਲਾ ਦੇਣੀ ਤੂੰ ਲਾ ਦੀ ਮੈਂ ਵੀ ਚੌਧਰੀ ਨੂੰ ਦੱਸ ਦੇਣਾ ਮੈਂ ਰਾਤ ਨੂੰ ਸਾਈਕਲ ਚਲਾਉਂਦੀ ਆ ਮੇਰੇ ਤੇ ਬਹੁਤਾ ਯਕੀਨ ਕਰਦੇ ਮੈਂ ਉਹਨਾਂ ਨੂੰ ਕਹਿ ਦੇਣਾ ਕਿ ਆਪਣੀ ਨੌਕਰੀ ਬਚਾਉਣ ਤੂੰ ਮਾਂ ਵਾਂ ਕਿ ਬੁੱਢੀ ਆ ਤੇਰੇ ਤੇ ਬਹੁਤਾ ਯਕੀਨ ਕਰ ਅੱਜ ਕੱਲ੍ਹ ਨਾ ਚੌਧਰੀ ਬੁੱਢੀਆਂ ਤੇ ਯਕੀਨ ਕਰਦੇ ਮਾਵਾਂ ਤੇ ਨਹੀਂ ਗੱਲ ਸੁਣ ਲੈ ਮੇਰੀ ਇੱਕ ਹੋਰ ਮੈਂ ਇੱਥੇ ਹੁਣ ਆ ਗਈ ਬਾਹਰ ਦੇ ਮੁਲਕੋਂ ਰੋਜ਼ ਮੈਂ ਫੇਰਾ ਲਾਇਆ ਕਰਨਾ ਇੱਥੇ ਹਰ ਸ਼ੈ ਪੂਰੀ ਹੋਣੀ ਚਾਹੀਦੀ ਜਿਹੜੀ ਜਿਹੜੀ ਸ਼ੈ ਕਹੀ ਆ ਠੀਕ ਆ ਗੁਲਾਬੋ ਨੂੰ ਪਿੰਕੀ ਨੂੰ ਡੋਲੀ ਨੂੰ ਸੈਲੋਨ ਲੈ ਕੇ ਜਾਣਾ ਵਾ ਉਹਨਾਂ ਦਾ ਸਾਰਾ ਫਿਸ਼ਲ ਕਰਾ ਸਭ ਤੋਂ ਪਹਿਲੇ ਠੀਕ ਆ ਫਿਸ਼ਲ ਕਰਾਉਣਾ ਵਾ ਉਹਨਾਂ ਨੂੰ ਉਹਨਾਂ ਦੇ ਬਾਲ ਡਾਈ ਕਰਾ ਸੋਹਣਾ ਬਣਾ ਇਹ ਮੱਝਾਂ ਵਾਂ ਤੇਰੀਆਂ ਕਜ਼ਨਾਂ ਨੇ ਗਈਆਂ ਇੱਦਾਂ ਖਿਆਲ ਰੱਖਦੇ ਲੈਣਾ ਉਹਨਾਂ ਕੋਲ ਸਿਰਫ ਦੁੱਧ ਦਾ ਤੈਨੂੰ ਉਹਨਾਂ ਦੀਆਂ ਸ਼ਕਲਾਂ ਦੀ ਕੋਈ ਫੇਰ ਵੀ ਸ਼ਕਲਾਂ ਵੀ ਚੰਗੀਆਂ ਹੋਣੀਆਂ ਚਾਹੀਦੀਆਂ ਦੇਖ ਮੇਰੀ ਕਿੱਡੀ ਚੰਗੀ ਸ਼ਕਲ ਆ ਕਿੱਡੀ ਸੋਹਣੀ ਆ ਤੇ ਪਤਾ ਵੀ ਚੌਧਰੀ ਸਾਹਿਬ ਕਿੰਨੀ ਤਾਰੀਫ ਕਰਦੇ ਆ ਕਿਉਂ ਕਰਦੇ ਆ ਸੈਲੂਨ 'ਚ ਜਾਂਦੀਆਂ ਤੇ ਕਰਦੇ ਆ ਸਿਰਫ ਤੇਰੀ ਆ ਜ਼ਬਾਨ ਤੋਂ ਬਚਣ ਲਈ ਤੂੰ ਬੋਲਦੀ ਹੈ ਨਾ ਤਾਂ ਉਹਦੀ ਤਾਰੀਫ ਕਰਨਾ ਮਜਬੂਰੀ ਹੈ ਹਾਂ ਹੁਣ ਮੈਂ ਚੱਲੀ ਹਾਂ ਹਾਂ ਤੇ ਮੈਂ ਰੋਜ਼ਾਨਾ ਆਇਆ ਕਰਨਾ ਵਾ ਚੈੱਕ ਕਰਨ ਡੇਰਾ ਤੇ ਜਿਹੜੀ ਜਿਹੜੀ ਸ਼ੈ ਕਹੀ ਆ ਉਹ ਪੂਰੀ ਹੋਣੀ ਚਾਹੀਦੀ ਤੇ ਗੰਦ ਮੱਖੀਆਂ ਗੋਹਾ ਬਿਲਕੁਲ ਸੱਜਿਆ ਦੱਜਿਆ ਹੋਣਾ ਚਾਹੀਦਾ ਵਾ ਖਿਲ ਰਿਹਾ ਕੋਈ ਸ਼ੈ ਨਹੀਂ ਮੱਖੀ ਬੈਂਦੀ ਹੁੰਦੀ ਗੋਹੇ ਤੇ ਕਿਦਣ ਬਾਜ਼ ਦੇਖ ਲਿਆ ਤੂੰ ਗੋਹੇ ਤੇ ਕੱਪੜਾ ਲੈ ਕੇ ਬਹਿ ਗਿਆ ਇੰਜ ਜੁੜਾ ਨਹੀਂ ਮੈਂ ਰੇੜੀ ਤੇ ਲਾਇਆ ਆ ਗੋਇਆ ਤੈਨੂੰ ਪੈਸੇ ਕਿਸ ਚੀਜ਼ ਦੇ ਮਿਲਦੇ ਆ ਮੱਖੀ ਨਾ ਗੋਹੇ ਤੇ ਬਵੇ ਬਸ ਹਾਂ ਵਾਕਈ ਤੇਰੇ ਤੇ ਵੀ ਨਹੀਂ ਬੈਂਦੀ ਪੀ ਚੱਲ ਠੀਕ ਆ ਅੱਲਾ ਹਾਫਿਜ਼ ਜਾ ਲੱਸੀ ਭੇਜ ਦੀ